ਕਿਵੇਂ ਟੂਣਾ ਕਰਦੇ ਆ ਪਹਿਲਾਂ ਇਹ ਤਾਂ ਦੱਸੋ। ਟੂਣਾ ਤਾਂ ਨਹੀਂ ਵਸੀਕਰਨ ਕਰਨਾ ਆਉਂਦਾ ਸਾਨੂੰ, ਤੇ ਅਸੀਂ ਸਾਨੂੰ ਬਸ ਚ ਕਰ ਲਾਂਗੇ ਫਿਰ ਉਹਦਾ ਫਾਇਦਾ ਨਹੀਂ ਕੋਈ। ਜਿੱਥੇ ਸ਼ੂਟਿੰਗ ਹੋਈ ਨਾ ਉੱਥੇ ਜਿਵੇਂ ਤੇਂਦੂਏ ਲੰਗੂਰ ਮਤਲਬ ਜਾਨਵਰ ਆਉਂਦੇ ਸੀਗੇ, ਸੀਵਰ ਜ਼ਿਆਦਾ ਆਪਣੀ ਫਿਲਮ ਦੇ ਨਾਲ ਉਹਦੇ ਤੋਂ ਵੀ ਡਰਦੇ ਸੀਗੇ। ਇੱਥੇ ਇੰਨੇ ਆਰਟਿਸਟ ਇਕੱਠੇ ਹੋ ਜਾਣ ਫਿਰ ਮਜ਼ਾ ਤਾਂ ਆਉਂਦਾ ਹੀ ਹੈ ਜੀ। ਮੈਂ ਤਾਂ ਫਿਲਮ ਹਾਸੀ ਹਾਸੀ ਜੀ ਕਰਕੇ ਆ ਗਿਆ। ਪੰਜਾਬੀ ਦੇ ਵਿੱਚ ਹੋਰਰ ਮੂਵੀ ਕੋਈ ਆਈ ਨਹੀਂ ਹਾਲੇ ਤੱਕ, ਇਸ ਕਰਕੇ ਫਿਰ ਅਸੀਂ ਸੋਚਿਆ ਵੀ ਕੁਛ ਡਿਫਰੈਂਟ ਕਰੀਏ, ਫਿਰ ਸੋਚਿਆ ਵੀ ਨਾਲ ਨਾਲ ਹਸਾਉਣ ਦਾ ਵੀ ਕੰਮ ਹੋਵੇ, ਇਹ ਫਿਲਮ ਡਰਾਊਗੀ ਵੀ ਹਸਾਊਗੀ ਵੀ। ਵਿਛੜ ਹੁਣ ਪੁੱਠੇ ਰਾਗ ਪਏ ਨੇ ਤੇ ਖੇਤਾਂ ਦੇ ਪੁੱਤ ਜਾਗ ਪਏ ਨੇ। ਖੇਤਾਂ ਦੇ ਵਿੱਚ ਫਸਲ ਨਹੀਂ ਬੀਜੀ, ਖੇਤਾਂ ਦੇ ਵਿੱਚ ਫਸਲ ਨਹੀਂ ਬੀਜੀ, ਬੀਜੇ ਸਾਡੇ ਭਾਗ ਪਏ ਨੇ। ਲਾਗ ਨਹੀਂ ਲੈਣਾ ਕੀਮਤ ਲੈਣੀ, ਲਾਗ ਨਹੀਂ ਲੈਣਾ ਕੀਮਤ ਲੈਣੀ, ਤੇ ਆ ਚੁੱਕ ਤੇਰੇ ਲਾਗ ਪਏ ਨੇ। ਛਿੜ ਹੁਣ ਪੁੱਠੇ ਰਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ। ਸੋ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਸਵਾਗਤ ਹੈ ਬੂ ਮੈਂ ਡਰ ਗਈ ਫਿਲਮ ਦੀ ਸਟਾਰ ਕਾਸਟ ਦਾ। ਥੈਂਕ ਯੂ ਸੋ ਮਚ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਇਹ ਦੱਸੋ ਕਿ ਬੂ ਮੈਂ ਡਰ ਗਈ, ਤੁਸੀਂ ਡਰੇ ਸੀਗੇ ਨਹੀਂ? ਅਸੀਂ ਤਾਂ ਮਤਲਬ ਆਪ ਵੀ ਚਲੋ ਜੇ ਸਟੋਰੀ ਦਾ ਅਸੀਂ ਹਿਸਾਬ ਕਿਤਾਬ ਲਾਈਏ ਤਾਂ ਰਾਜੂ ਜੀ ਨੇ ਇੰਨੇ ਅੱਛੇ ਢੰਗ ਨਾਲ ਲਿਖੀ ਹੈ, ਅਤੇ ਮੇਰਾ ਤਾਂ ਖੈਰ ਜਿਹੜਾ ਕਰੈਕਟਰ ਹੈ ਉਹ ਡਰ ਵਾਲੇ ਪਾਸੇ ਉੱਧਰ ਗਿਆ ਨਹੀਂ, ਬਾਕੀ ਜਿਹੜੇ ਕਰੈਕਟਰ ਨੇ ਉਹਨਾਂ ਦਾ ਥੋੜ੍ਹਾ ਜਿਹਾ ਹੈਗਾ ਉੱਧਰ, ਅਤੇ ਸਾਡਾ ਤਾਂ ਰੌਲਾ ਰੱਪਾ ਪਾਉਣ ਵਾਲਾ ਕਾਫ਼ੀ ਇੱਕ ਡਿਫਰੈਂਟ ਜਿਹਾ ਸੀਨ ਹੈ, ਸੋ ਇਹ ਤਾਂ ਵੇਖ ਕੇ ਪਤਾ ਲੱਗੂਗਾ ਤੁਹਾਨੂੰ। ਸੋ ਸਰ ਤੁਸੀਂ ਕਿਵੇਂ ਸੋਚਿਆ, ਲਾਈਕ ਅੱਜ ਕੱਲ੍ਹ ਇੰਡਸਟਰੀ ਦੇ ਵਿੱਚ ਜੇ ਗੱਲ ਕਰੀਏ ਸੈਡ ਇਮੋਸ਼ਨ ਸਟੋਰੀ ਕੱਢੀਆਂ ਨੇ ਜਾਂ ਸਭ ਤੋਂ ਜ਼ਿਆਦਾ ਹਾਸੇ ਵਾਲੀਆਂ ਹੁੰਦੀਆਂ, ਤੁਸੀਂ ਇਹਦੇ ਵਿੱਚ ਹਸਾ ਵੀ ਰਹੇ ਹੋ ਡਰਾ ਵੀ ਰਹੇ ਹੋ, ਇਹ ਲਿਖਣ ਦਾ ਆਈਡੀਆ ਕਿੱਥੋਂ ਆਇਆ? ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਚੈਨਲ ਦਾ ਬਹੁਤ ਧੰਨਵਾਦ। ਅਤੇ ਜੋ ਲਿਖਣ ਦੀ ਗੱਲ ਕਰੀਏ, ਕਿਉਂਕਿ ਜਿੰਨੀਆਂ ਫਿਲਮਾਂ ਆ ਰਹੀਆਂ ਸੀ ਸਾਰੀਆਂ ਕਾਮੇਡੀ ਵਿਆਹ 'ਤੇ ਆ ਰਹੀਆਂ, ਮੂਵੀ ਕੋਈ ਕਿਤੇ ਆ ਰਹੀ ਹੈ, ਅਤੇ ਸੋਚਿਆ ਕੁਛ ਡਿਫਰੈਂਟ ਜਿਹਾ ਕਰਨ ਦੇ, ਪਰ ਸੋਚਿਆ ਕਿ ਪੰਜਾਬੀ ਦੇ ਵਿੱਚ ਹੋਰਰ ਮੂਵੀ ਕੋਈ ਆਈ ਨਹੀਂ ਹਾਲੇ ਤੱਕ, ਇਸ ਕਰਕੇ ਫਿਰ ਅਸੀਂ ਸੋਚਿਆ ਵੀ ਕੁਛ ਡਿਫਰੈਂਟ ਕਰੀਏ, ਫਿਰ ਸੋਚਿਆ ਵੀ ਨਾਲ ਨਾਲ ਹਸਾਉਣ ਦਾ ਵੀ ਕੰਮ ਹੋਵੇ, ਇਹ ਫਿਲਮ ਡਰਾਊਗੀ ਵੀ ਹਸਾਊਗੀ ਵੀ, ਅਤੇ ਇੱਥੋਂ ਆਈਡੀਆ ਆਇਆ ਸੀਗਾ ਵੀ ਮਾਨਿੰਗ ਬਾਕੀ ਔਡੀਅੰਸ ਦੀ ਜੋ ਮੰਗ ਹੁੰਦੀ ਹੈ ਅਸੀਂ ਉਹਦੇ ਹਿਸਾਬ ਨਾਲ ਚੱਲਦੇ ਹਾਂ, ਔਡੀਅੰਸ ਦੀ ਮੰਗ ਵੀ ਸੀ ਕੁਛ ਵੀ ਵੱਖਰਾ ਆਵੇ। ਅਤੇ ਇਹਦੇ ਵਿੱਚ ਕਰੈਕਟਰਸ ਵੀ ਬਹੁਤ ਜ਼ਿਆਦਾ ਮਲਟੀ ਸਟਾਰਰ ਕਹਿ ਸਕਦੇ ਹਾਂ, ਲਾਈਕ 52 ਤੋਂ ਹੈ ਨਾ 53 ਅਰਾਊਂਡ ਕਰੈਕਟਰਸ ਨੇ, ਉਹ ਵੀ ਫਿਲਮ ਇੰਡਸਟਰੀ ਦੇ ਸਾਰੇ ਦਿੱਗਜ ਜੀ। ਜਿੰਨੀ ਫਿਲਮ ਇੰਡਸਟਰੀ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਕਰੀਮ ਹੈ ਸਾਰੀ, ਉਹ ਸਾਰੀ ਇਸ ਫਿਲਮ 'ਚ ਹੈ। ਸੋ ਮਜ਼ਾ ਕਿੰਨਾ ਆਇਆ ਸੈੱਟ 'ਤੇ, ਤਾਂ ਮਾਹੌਲ ਬਹੁਤ ਵਧੀਆ ਰਹਿੰਦਾ ਹੋਣਾ? ਜਿੱਥੇ ਇੰਨੇ ਆਰਟਿਸਟ ਇਕੱਠੇ ਹੋ ਜਾਣ ਫਿਰ ਮਜ਼ਾ ਤਾਂ ਆਉਂਦਾ ਹੀ ਹੈ ਜੀ, ਅਤੇ ਟੀਮ ਬਹੁਤ ਫਨ ਕਰਦੇ ਸੀ ਸਾਰੇ। ਮੈਂ ਤਾਂ ਫਿਲਮ ਹਾਸੀ ਹਾਸੀ ਜੀ ਕਰਕੇ ਆ ਗਿਆ, ਮਤਲਬ ਫਿਲਮ ਨਹੀਂ ਲੱਗੀ ਬਸ ਗਏ ਖੇਲ ਹੱਸ ਖੇਲ ਕੇ ਗਏ ਸੀ। ਇੱਕ ਪਰਿਵਾਰਕ ਮਾਹੌਲ ਸੀ ਬੜਾ ਵਧੀਆ, ਹੈ ਨਾ, ਇਕੱਠੇ ਬੈਠੇ ਖਾ ਪੀ ਰਹੇ ਹਾਂ, ਹੱਸ ਰਹੇ ਹਾਂ, ਹੈ ਨਾ, ਇੱਦਾਂ ਪਤਾ ਹੀ ਨਹੀਂ ਲੱਗਦਾ ਸੀ, ਮਤਲਬ ਸ਼ੂਟਿੰਗ ਖਤਮ ਹੁੰਦੀ ਸੀ ਨਾ ਅਤੇ ਸੋਚਦੇ ਸੀ ਹੁਣ ਘਰ ਜਾਣਾ ਪੈਣਾ, ਹੈ ਨਾ, ਮਤਲਬ ਇੱਕ ਅਲੱਗ ਹੀ ਮਾਹੌਲ ਹੁੰਦਾ, ਦਿਲ ਜਿਹਾ ਲੱਗ ਜਾਂਦਾ ਸੈੱਟ 'ਤੇ, ਹੈ ਨਾ, ਲੱਗ ਗਿਆ ਸੀਗਾ। ਤੁਹਾਡਾ ਕੀ ਕਰੈਕਟਰ ਹੈ ਇਸ ਫਿਲਮ ਦੇ ਵਿੱਚ? ਮੇਰਾ ਇਸ ਵਿੱਚ BN ਸ਼ਰਮਾ ਅੰਕਲ ਦੇ ਬੇਟੇ ਦਾ ਕਰੈਕਟਰ ਹੈ, ਇੱਕ ਤਾਂਤਰਿਕ ਦਾ ਕਰੈਕਟਰ ਹੈ, ਅਤੇ ਬਾਕੀ ਤੁਹਾਨੂੰ ਮੈਂ ਦੱਸਦਾ ਨਹੀਂ ਕਿਉਂਕਿ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ। ਤੁਸੀਂ ਦੱਸਤਾ ਤਾਂਤਰਿਕ ਦਾ ਕਰੈਕਟਰ ਹੈ, ਤਾਂਤਰਿਕ ਕਿਵੇਂ ਟੂਣਾ ਕਰਦੇ ਪਹਿਲਾਂ ਤਾਂ ਇਹ ਦੱਸੋ। ਟੂਣਾ ਜੀ ਉਹ ਤੁਸੀਂ ਰਾਈਟਰ ਸਾਹਿਬ ਨੂੰ ਪੁੱਛੋ, ਮੇਰੇ ਪਾਪਾ ਨੂੰ ਇਹਨਾਂ ਨੇ ਡਾਇਲੋਗ ਲਿਖੇ ਹੋਏ ਨੇ। ਸੋ ਤੁਸੀਂ ਦੱਸੋ ਕਿਵੇਂ ਟੂਣਾ ਕਰਦੇ ਆ ਪਹਿਲਾਂ ਇਹ ਤਾਂ ਦੱਸੋ। ਟੂਣਾ ਅਸੀਂ ਕਦੇ ਨਾ ਟੂਣਾ ਤਾਂ ਨਹੀਂ ਵਸੀਕਰਨ ਕਰਨਾ ਆਉਂਦਾ ਸਾਨੂੰ, ਅਤੇ ਅਸੀਂ ਸਾਨੂੰ ਬਸ 'ਚ ਕਰ ਲਾਂਗੇ ਫਿਰ ਉਹਦਾ ਫਾਇਦਾ ਨਹੀਂ ਕੋਈ। ਅਸੀਂ ਟੂਣਾ ਨੂੰ ਅਸੀਂ ਮੰਨਦੇ ਨਹੀਂ ਹਾਂ ਕਿਉਂਕਿ ਅਸੀਂ ਗੁਰਬਾਣੀ ਨੂੰ ਮੰਨਣ ਵਾਲੇ ਲੋਕ ਹਾਂ, ਅਤੇ ਸਾਨੂੰ ਇੰਨੀ ਨਹੀਂ ਵਿਸ਼ਵਾਸ ਇਹਨਾਂ ਚੀਜ਼ਾਂ 'ਤੇ, ਅੰਧ ਵਿਸ਼ਵਾਸ 'ਤੇ, ਪਰ ਫਿਲਮ ਦੇ ਵਿੱਚ ਅਸੀਂ ਦਿਖਾਇਆ ਗਿਆ, ਇਹੀ ਸਾਡੀ ਫਿਲਮ ਦਾ ਮਤਲਬ ਕਹਿਣਾ ਚਾਹੁੰਦੇ ਹਾਂ ਅਸੀਂ ਵੀ, ਜੇ ਉਹ ਫਿਲਮ ਦੇ ਮਾਧਿਅਮ ਰਾਹੀਂ ਇਹੀ ਕਹਿ ਰਹੇ ਹਾਂ ਵੀ ਟੂਣੇ ਮਾਣੇ ਜੋ ਇਹ ਚੀਜ਼ਾਂ ਨੇ ਕੁਛ ਨਹੀਂ ਹੁੰਦੀਆਂ, ਜੇ ਹੁੰਦੀਆਂ ਤਾਂ ਫਿਰ ਵੋਟਾਂ 'ਚ ਸ਼ਾਇਦ ਖੜਾ ਹੋਣ ਦੀ ਕਿਸੇ ਨੂੰ ਲੋੜ ਨਾ ਪੈਂਦੀ, ਟੂਣਾ ਕਰਕੇ ਹਰਾ ਦਿੰਦਾ ਦੂਜੇ ਨੂੰ। ਸੋ ਫਿਲਮ ਦੇ ਵਿੱਚ ਜਿਵੇਂ ਸੈੱਟ 'ਤੇ ਮਾਹੌਲ ਤਾਂ ਬਹੁਤ ਵਧੀਆ ਰਹਿੰਦਾ ਹੋਣਾ, ਅਤੇ ਯੋਗਰਾਜ ਸਰ, ਰੋਸ਼ਨ ਪ੍ਰਿੰਸ, ਉਹ
ਕੀ ਕੁਛ ਸਿੱਖਿਆ ਤੁਸੀਂ ਜਾਂ ਫਿਰ ਕੀ ਕੁਛ ਮਤਲਬ ਕੀ ਕੁਛ ਰਿਹਾ ਤੁਹਾਡਾ ਇਹਦਾ? ਬਹੁਤ ਵਧੀਆ, ਜਿੱਦਾਂ ਨਾ ਮੈਂ ਅੱਗੇ ਵੀ ਕਿਹਾ ਸੀ ਕਿ ਇੱਕ ਯੋਗਰਾਜ ਸਰ ਦੀ ਨਾ ਇਮੇਜ ਸੀਗੀ ਸਾਰਿਆਂ ਦੇ ਅੱਗੇ ਕਿ ਜਿਵੇਂ ਚਲੋ ਸੀਨੀਅਰ ਤਾਂ ਹੈ ਹੀ, ਫਿਰ ਵੀ ਐਂ ਲੱਗਦਾ ਹੁੰਦਾ ਸੀ ਵੀ ਲਾਗੇ ਬਹਿ ਕੇ ਡਰਨਾ, ਹੈ ਨਾ, ਜਿੱਦਾਂ ਵੀ ਇੱਕ ਪਰਸਨੈਲਿਟੀ ਹੋ ਜਾਂਦੀ ਬੰਦੇ ਦੀ ਕਿ ਪਤਾ ਨਹੀਂ ਬੜੇ ਗੁੱਸੇ ਵਾਲੇ ਨੇ, ਬੁਲਾਈਏ ਬੋਲਣਗੇ ਕਿ ਨਹੀਂ। ਪਰ ਮੈਂ ਸੱਚੀ ਉਹਨਾਂ ਕੋਲ ਬੜਾ ਕੁਛ ਮਤਲਬ ਉਸ ਤੋਂ ਬਾਅਦ ਵੀ ਔਰ ਹੁਣ ਵੀ ਜਦੋਂ ਪ੍ਰਮੋਸ਼ਨ ਦੇ ਦੌਰਾਨ ਅਸੀਂ ਇਕੱਠੇ ਹਾਂ ਅਤੇ ਲੱਗਿਆ ਕਿ ਬਹੁਤ ਹੀ ਹੰਬਲ ਔਰ ਬਹੁਤ ਹੀ ਅੱਛੇ ਇਨਸਾਨ ਨੇ ਦਿਲ ਦੇ, ਅਤੇ ਉਹ ਸਗੋਂ ਜਦੋਂ ਚੁੱਪ ਚਾਪ ਕੋਈ ਬੈਠਾ ਹੋਵੇ ਤਾਂ ਉਹ ਕਹਿੰਦੇ ਨੇ ਵੀ ਚੁੱਪ ਕਿਉਂ ਬੈਠੇ ਹੋ, ਹੈ ਨਾ, ਵੀ ਆਪਾਂ ਕੋ ਭੋਗ 'ਤੇ ਆਏ ਹਾਂ, ਹੱਸ ਖੇਡ ਕੇ ਬੜੀ ਐਨਰਜੀ ਭਰਦੇ ਨੇ ਔਰ ਬੜਾ ਕੁਛ ਹੀ ਸਾਰਿਆਂ ਤੋਂ ਜਦੋਂ ਆਪਾਂ ਟੀਮ 'ਚ ਜਾਂਦੇ ਹਾਂ ਨਾ ਬੜਾ ਕੁਛ ਸਿੱਖਣ ਨੂੰ ਮਿਲਦਾ, ਇਹ ਬੱਚਾ ਇਹਦੇ ਕੋਲ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ, ਹੈ ਨਾ, ਹਰ ਇੱਕ ਨਾਲ ਬੈਠਦੇ ਹਾਂ ਆਪਾਂ, ਤਾਂ ਮੈਨੂੰ ਲੱਗਦਾ ਇਨਸਾਨ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ, ਸੋ ਬਿਲਕੁਲ ਨਵਾਂ ਐਕਸਪੀਰੀਅੰਸ ਸੀਗਾ। ਸੋ ਕੋਈ ਕਿੱਸਾ ਇੱਦਾਂ ਦਾ ਸੈੱਟ 'ਤੇ ਕੁਛ ਹੋਇਆ ਹੋਵੇ ਜਿਹੜਾ ਹਮੇਸ਼ਾ ਯਾਦ ਰਹੇ? ਇੱਦਾਂ ਦੇ ਬਸ ਇਹੀ ਕਿੱਸੇ ਨੇ ਕਿ ਅਸੀਂ ਸੈੱਟ 'ਤੇ ਬਹੁਤ ਜ਼ਿਆਦਾ ਫਨ ਕੀਤਾ ਗਾ, ਅਤੇ ਮਤਲਬ ਐਂ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਹੱਸਦੇ ਖੇਡਦੇ ਫਿਲਮ ਕੰਪਲੀਟ ਵੀ ਹੋ ਗਈ। ਕਿੰਨੀ ਦੇਰ ਲੱਗੀ ਫਿਲਮ ਕੰਪਲੀਟ ਹੋਣ 'ਚ? ਫਿਲਮ ਕੰਪਲੀਟ ਹੋਣ 'ਚ ਮਹੀਨਾ ਡੇਢ ਕੁ ਮਹੀਨਾ ਲੱਗ ਗਿਆ ਸੀ, ਪਰ ਹੁਣ ਵੀ ਹਾਲੇ ਤੱਕ ਯਾਦਾਂ ਨੇ ਸਾਡੇ ਮਨ 'ਚ ਸ਼ੂਟਿੰਗ ਦੌਰਾਨ। ਮੈਂ ਤੁਹਾਨੂੰ ਦੱਸਾਂ ਵੀ ਜਿੱਥੇ ਸ਼ੂਟਿੰਗ ਹੋਈ ਨਾ ਮੋਰਨੀ ਦੇ ਵਿੱਚ ਅਤੇ ਪੰਚਕੂਲਾ ਦੇ ਨਾਲ, ਉੱਥੇ ਜਿੱਥੇ ਸ਼ੂਟਿੰਗ ਕੀਤੀ ਨਾ ਅਤੇ ਉਹ ਸਾਰੇ ਕੰਸੈਪਟ ਰਾਜੂ ਜੀ ਨੇ ਇੱਦਾਂ ਕ੍ਰੀਏਟ ਕੀਤੇ ਸੀ, ਸਾਰੇ ਉੱਥੇ ਦਿਖਾਏ ਸੀ ਵੀ ਜਿਵੇਂ ਝੁੱਗੀਆਂ ਪਾਈਆਂ ਨੇ, ਹੈ ਨਾ, ਸਾਰੇ ਅਸੀਂ ਉਹੀ ਦਿਖਾਏ ਹੋਏ ਹਾਂ ਵੀ ਜਿਵੇਂ ਗਰੀਬ ਬਹੁਤ ਜ਼ਿਆਦਾ, ਅਤੇ ਜਿਹੜੀ ਬਿਲਕੁਲ ਐਂ ਫਟੀ ਤੋਂ ਫਟੀ ਹੋਈ ਚੁੰਨੀ ਉਸਨੂੰ ਲਿਆ ਕੇ ਦੇ ਦਿੰਦੇ ਸੀ, ਮਾੜੀ ਮੋਟੀ ਵੀ ਚੁੰਨੀ ਜੇ ਕੋਈ, ਅਸੀਂ ਕਹਿੰਦੇ ਸੋਹਣੀ ਚੁੰਨੀ ਦੇ ਦਿਓ, ਨਹੀਂ ਇਹ ਚੁੰਨੀ ਬਦਲੋ, ਹੈ ਨਾ। ਅਤੇ ਦੂਜੀ ਗੱਲ ਉੱਥੇ ਜਿਵੇਂ ਤੇਂਦੂਏ ਲੰਗੂਰ ਮਤਲਬ ਜਾਨਵਰ ਆਉਂਦੇ ਸੀਗੇ ਅਤੇ ਸਾਰਾ ਵੈਸੇ ਧਿਆਨ ਸਾਡਾ ਵੀ ਥੋੜ੍ਹਾ, ਅਸੀਂ ਬਸ ਜ਼ਿਆਦਾ ਆਪਣੀ ਫਿਲਮ ਦੇ ਨਾਲ ਉਦੋਂ ਤੋਂ ਵੀ ਡਰਦੇ ਸੀਗੇ ਵੀ ਕਿਤੇ ਸਾਡੇ ਵੱਲ ਕੋਈ ਤੇਂਦੂਆ ਨਾ ਆ ਜਾਏ, ਪਰ ਸ਼ਾਇਦ ਇੰਨਾ ਇੰਨੀ ਰੌਣਕ ਸੀ ਉੱਥੇ ਅਤੇ, ਪਰ ਇਹ ਸਾਨੂੰ ਮਤਲਬ ਉਹ ਵੀ ਸਾਡੇ ਲਈ ਯਾਦਗਾਰ ਆ ਕਿ ਅਸੀਂ ਇੱਕ ਖਤਰਨਾਕ ਜਾਨਵਰਾਂ ਦੇ ਵਿੱਚ ਸ਼ੂਟ ਕਰਕੇ ਆਏ, ਨੇਚਰ 'ਚ ਮਤਲਬ ਸਟੋਰੀ ਦੇ ਵਿੱਚ ਸਕ੍ਰਿਪਟ ਵੀ ਡਰਾਉਣੀ ਆ ਅਤੇ ਉੱਥੇ ਡਰਾ ਕੇ ਪੂਰਾ ਮਾਹੌਲ ਰੱਖਿਆ ਸੀਗਾ। ਡਰ ਵਾਲਾ ਮਾਹੌਲ ਸੱਚੀ ਸੀ, ਸ਼ੇਰ ਸੀ, ਦਿਲਾਵਰ ਬਾਈ ਨੇ ਸ਼ੇਰ ਪਾੜਤਾ, ਚਿੱਤਾ ਆ ਪੂਰੇ ਚਿੱਤਾ ਪਾੜਤਾ, ਲੰਗੂਰ ਪਾੜਤਾ, ਬਾਂਦਰ ਪਾੜਤਾ, ਬਘਿਆੜ ਪਾੜਤਾ, ਫਿਰ ਦੁਕਾਨ ਵਾਲੇ ਨੇ ਥੱਪੜ ਮਾਰਤਾ, ਕਹਿੰਦਾ ਸਾਲਿਆ ਮੇਰੇ ਸਾਰੇ ਖਿਡੌਣੇ ਪੱਟੀ ਜਾਂਦੇ, ਮਤਲਬ ਡਰ ਉੱਭਰ ਕੇ ਆ ਰਿਹਾ ਸੀ ਜੀ। ਸੋ ਮੈਮ, ਅੱਜ ਕੱਲ੍ਹ ਕਿਸਾਨੀ ਅੰਦੋਲਨ ਚੱਲ ਰਿਹਾ ਜੀ, ਉਸ ਮੁੱਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਆਪਾਂ ਵੀ ਪੰਜਾਬ ਦੇ ਵਾਸੀ ਹਾਂ, ਮਾਂ ਬੋਲੀ ਹੈ ਸਾਡੀ ਪੰਜਾਬੀ, ਬੜਾ ਕੁਛ ਕਮਾਇਆ ਇੱਥੋਂ ਸਾਰੇ ਹੀ ਅਸੀਂ, ਇਹ ਗੱਲ ਆਰਟਿਸਟ ਜਿਹੜੇ ਨੇ ਉਹ ਅਸੀਂ ਉਹਨਾਂ ਤੋਂ ਵੱਖਰੇ ਨਹੀਂ ਹਾਂ, ਸੋ ਅਸੀਂ ਤਾਂ ਪੂਰੀ ਸਪੋਰਟ ਪਹਿਲਾਂ ਵੀ ਕੀਤੀ ਸੀ ਔਰ ਹੁਣ ਵੀ ਅਸੀਂ ਹੁਣ ਕਰਦੇ ਰਹਾਂਗੇ, ਹੁਣ ਵੀ ਕਰਦੇ ਰਹਾਂਗੇ। ਹਾਂ, ਕਈ ਵਾਰ ਇੱਦਾਂ ਹੋ ਜਾਂਦਾ ਵੀ ਸਾਡੇ ਜਿਹੜੇ ਪ੍ਰੋਜੈਕਟ ਹੁੰਦੇ ਨੇ, ਕਈ ਅਸੀਂ ਬੱਝੇ ਹੁੰਦੇ ਹਾਂ, ਸਾਨੂੰ ਉਹ ਜਿਹੜੀ ਇੱਕ ਲਿਮਿਟ, ਉਹ ਜਿਹੜੀ ਤਾਰੀਖ ਮਿਥੀ ਜਾਂਦੀ ਹੈ, ਉਹ ਬਹੁਤ ਵੱਡੀ ਫਿਲਮ ਦੀ ਮੇਕਿੰਗ ਬਹੁਤ ਵੱਡੀ ਹੁੰਦੀ ਹੈ, ਪ੍ਰੋਡਿਊਸਰ ਨੇ ਨਾ ਪੈਸੇ ਲਾਏ ਹੁੰਦੇ ਆ, ਅਸੀਂ ਉਹਨੂੰ ਕਈ ਵਾਰ ਨਹੀਂ ਕੈਂਸਲ ਕਰ ਸਕਦੇ, ਪਰ ਦਿਲੋਂ ਅਸੀਂ ਦੁਖਾਂਤ ਹੈ ਅਤੇ ਬੜਾ ਇਹ ਚੀਜ਼ ਨੂੰ ਅਸੀਂ ਸੋਚਦੇ ਹਾਂ ਵੀ ਸਾਨੂੰ ਵੀ ਸਰਕਾਰ ਨੂੰ ਅਸੀਂ ਤਾਂ ਇਹ ਅਪੀਲ ਕਰਦੇ ਹਾਂ ਕਿ ਇਹ ਚੀਜ਼ ਨਹੀਂ ਕਰਨੀ ਚਾਹੀਦੀ ਅਤੇ ਜਲਦੀ ਤੋਂ ਜਲਦੀ, ਕਿਉਂਕਿ ਉਹ ਮੰਨ ਲੈਣ ਚੀਜ਼ਾਂ, ਕਿਉਂਕਿ ਅੰਨਦਾਤਾ ਹੈ ਅਤੇ ਇਹਦੇ ਨਾਲ ਸਾਰਿਆਂ ਦੇ ਹੀ ਕੰਮਾਂ 'ਤੇ ਫਰਕ ਪੈਂਦਾ। ਸੋ ਉਹਨਾਂ ਦੇ ਜਵਾਨ ਦੇਖੋ, ਬੱਚੇ ਨੇ, ਬੀਬੀਆਂ ਨੇ, ਬੈਠੇ ਨੇ, ਕਿਸੇ ਦਾ ਵੀ ਦਿਲ ਨਹੀਂ ਕਰਦਾ ਜਾ ਕੇ ਆਪਣਾ ਘਰ ਬਾਰ ਛੱਡ ਕੇ ਰੋਡਾਂ 'ਤੇ ਰੋਲੇ। ਸੋ ਅਸੀਂ ਤਾਂ ਇਹੀ ਕਹਾਂਗੇ ਵੀ ਸਰਕਾਰ ਨੂੰ, ਵਿਛੜ ਹੁਣ ਪੁੱਠੇ ਰਾਗ ਪਏ ਨੇ ਅਤੇ ਖੇਤਾਂ ਦੇ ਪੁੱਤ ਜਾਗ ਪਏ ਨੇ। ਖੇਤਾਂ ਦੇ ਵਿੱਚ ਫਸਲ ਨਹੀਂ ਬੀਜੀ, ਖੇਤਾਂ ਦੇ ਵਿੱਚ ਫਸਲ ਨਹੀਂ ਬੀਜੀ, ਬੀਜੇ ਸਾਡੇ ਭਾਗ ਪਏ ਨੇ। ਲਾਗ ਨਹੀਂ ਲੈਣਾ ਕੀਮਤ ਲੈਣੀ, ਲਾਗ ਨਹੀਂ ਲੈਣਾ ਕੀਮਤ ਲੈਣੀ, ਅਤੇ ਆ ਚੁੱਕ ਤੇਰੇ ਲਾਗ ਪਏ ਨੇ, ਛਿੜ ਹੁਣ ਪੁੱਠੇ ਰਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ। ਸੋ ਜਿੰਨੀ ਜਲਦੀ ਸਾਡੇ ਖੇਤਾਂ ਦੇ ਪੁੱਤ ਨੇ ਜਿਹੜੇ ਸਾਡੇ ਅੰਨਦਾਤਾ ਨੇ ਮੰਨ ਲੈਣਗੇ ਉਹਨਾਂ ਦੀ ਗੱਲਾਂ, ਅਤੇ ਉਹ ਵੀ ਹੱਸਦੇ ਹਸਾਉਂਦੇ ਘਰਾਂ ਨੂੰ ਜਾਣਗੇ। ਬਹੁਤ ਸੋਹਣਾ ਸੁਨੇਹਾ ਦਿੱਤਾ ਤੁਸੀਂ, ਇੱਕ ਬਹੁਤ ਵਧੀਆ ਅਪੀਲ ਕੀਤੀ ਹੈ, ਅਤੇ ਅਸੀਂ ਵੀ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਨੂੰ ਇਹੀ ਅਪੀਲ ਕਰਦੇ ਹਾਂ
ਕਿ ਸਹੀ ਦਾ ਸਾਥ ਦਿਓ ਅਤੇ ਜਿਹੜੀ ਫਿਲਮ ਆ ਰਹੀ ਹੈ ਹੁਣ ਆਉਣ ਵਾਲੀ ਹੈ ਜਿਹੜੀ ਫਿਲਮ ਇਹਨਾਂ ਦੀ ਇੰਨੀ ਵਧੀਆ ਫਿਲਮ ਮਲਟੀ ਸਟਾਰਰ ਫਿਲਮ ਬੂ ਮੈਂ ਡਰ ਗਈ ਦੀ ਜਿਹੜੀ ਸਾਰੀ ਫਿਲਮ ਨੂੰ ਬਹੁਤ ਪਿਆਰ ਦਿਓ ਜ਼ਰੂਰ ਦੇਖਣ ਜਾਓ ਸਿਨੇਮਾ ਘਰਾਂ ਦੇ ਵਿੱਚ ਬਹੁਤ ਹੀ ਮੁਸ਼ੱਕਤ ਦੇ ਨਾਲ ਬਹੁਤ ਹੀ ਡਰਾਵਣੇ ਮਾਹੌਲ ਦੇ ਵਿੱਚ ਫਿਲਮ ਆ ਜਿਹੜੀ ਬਣਾਈ ਗਈ ਆ ਅਤੇ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦਿਓ ਕਦੋਂ ਆਉਣੀ ਹੈ ਜੀ ਫਿਲਮ 1 ਮਾਰਚ ਅਤੇ ਬਹੁਤ ਮਿਹਨਤ ਕੀਤੀ ਹੈ ਜੀ ਸਾਰਿਆਂ ਨੇ ਔਰ ਤੁਸੀਂ ਸਾਰਿਆਂ ਨੇ ਪਲੀਜ਼ ਭੈਣਾਂ ਭਰਾਵਾਂ ਨੇ ਸਾਥ ਦੇਣਾ ਜ਼ਰੂਰ ਫੈਮਿਲੀ ਮੂਵੀ ਹੈ ਔਰ ਤੁਸੀਂ ਹੱਸਦੇ ਹਸਾਉਂਦੇ ਆਓਗੇ ਇਹ ਗਰੰਟੀ ਹੈ ਸੋ ਜਾਂਦੇ ਜਾਂਦੇ ਅਸੀਂ ਇਹ ਕਹਾਂਗੇ ਸਾਰੇ ਬੂਮ ਮੈਂ ਡਰ ਗਈ।